ਜੀ ਸਮਝ ਨਹੀਂ ਤੁਹਾਡਾ ਮੈਂ ਜੋ ਉਹਨਾਂ ਦੇ ਪੈਸੇ ਵਾਪਸ ਦਿਓ ਬੈਠੋ ਪਹਿਲਾਂ ਪੈਸੇ ਵਾਪਸ ਦਿਓ ਉਹਨਾਂ ਦੇ ਉੱਥੇ ਬੈਠਾ ਨਹੀਂ ਪੈਸੇ ਵਾਪਸ ਦਿਓ ਬੈਂਸ ਸਾਹਿਬ ਦੇ ਦਫ਼ਤਰ ਬੈਂਸ ਸਾਹਿਬ ਆਨਲਾਈਨ ਨੇ ਦੇਖਦੇ ਪਏ ਨੇ ਦਿਓ ਵੀ ਪੈਸੇ ਉਹਨਾਂ ਦੇ ਵਾਪਸ ਦਿਓ ਦਿਓ ਜਲਦੀ ਕਰੋ ਜਲਦੀ ਪੈਸੇ ਦਿਓ ਉਹਨਾਂ ਦੇ ਪੈਸੇ ਵਾਪਸ ਕਰੋ ਤੁਸੀਂ ਹੁਣ ਕਰਦੇ ਵੀ ਹੋ ਪੈਸੇ ਲੈ ਕੇ ਗਰੀਬ ਦਾ ਖੂਨ ਨਿਚੋੜਦੇ ਹੋ ਸਰਕਾਰੀ ਦਫ਼ਤਰ ਨਾਮ ਸੁਣਦੇ ਹੀ ਯਾਦ ਆਉਂਦੇ ਨੇ ਧੱਕੇ ਅਫਸਰਾਂ ਦੀਆਂ ਘੂਰੀਆਂ ਅਤੇ ਰਿਸ਼ਵਤ ਮੰਗਦੇ ਮੁਲਾਜ਼ਮ ਜੀ ਹਾਂ ਭਾਵੇਂ ਕੋਈ ਕਿੰਨਾ ਹੀ ਆਪਣੇ ਮਹਿਕਮੇ ਨੂੰ ਪਾਕ ਸਾਫ ਦੱਸੇ ਪਰ ਸੱਚਾਈ ਸਭ ਨੂੰ ਪਤਾ ਹੈ ਦਫ਼ਤਰਾਂ ਵਿੱਚ ਕੋਈ ਕੰਮ ਕਰਵਾਉਣ ਲਈ ਪੈਰ ਰੱਖਣ ਦੀ ਹੀ ਲੋੜ ਹੈ ਕਿ ਤੁਹਾਡੇ 'ਤੇ ਚੜ੍ਹਨ ਵਾਲਾ ਬਿੱਲ ਵਧਣ ਲੱਗਦਾ ਹੈ ਪਰ ਇਸ ਸਭ ਵਿਚਾਲੇ ਸਿਮਰਜੀਤ ਸਿੰਘ ਬੈਂਸ ਅਤੇ ਉਹਨਾਂ ਦੇ ਪਾਰਟੀ ਵਰਕਰਾਂ ਨੇ ਅਜਿਹੇ ਰਿਸ਼ਵਤਖੋਰਾਂ ਨੂੰ ਵਕਤ ਪਾ ਰੱਖਿਆ ਤਾਜ਼ਾ ਮਾਮਲਾ ਲੁਧਿਆਣਾ ਦੇ SMO ਦਫ਼ਤਰ ਦਾ ਹੈ ਜਿੱਥੇ ਬੈਂਸ ਦੇ ਕੁਝ ਪਾਰਟੀ ਵਰਕਰਾਂ ਨੇ ਜਨਮ ਅਤੇ ਮੌਤ ਦੇ ਸਰਟੀਫਿਕੇਟ ਬਣਾਉਣ ਵਾਲੇ ਇੱਕ ਕਲਰਕ ਨੂੰ 2500 ਰੁਪਏ ਰਿਸ਼ਵਤ ਨਾਲ ਰੰਗੇ ਹੱਥੀਂ ਕਾਬੂ ਕੀਤਾ ਜਿਸ ਦੀ ਕਿ ਲਾਈਵ ਵੀਡੀਓ ਵੀ ਬਣਾਈ ਗਈ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਕਿਵੇਂ ਇਹ ਸਰਕਾਰੀ ਕਲਰਕ ਆਪਣੀ ਜੇਬ ਵਿੱਚੋਂ ਰਿਸ਼ਵਤ ਦੇ 2500 ਰੁਪਏ ਕੱਢ ਕੇ ਟੇਬਲ 'ਤੇ ਰੱਖਦਾ ₹2500 ਪੂਰੇ ਕਰੋ ਹਾਂਜੀ ਤੁਹਾਨੂੰ ਪਹਿਲਾਂ ਵੀ ਉਹ ਆਏ ਸਮਝਾਇਆ ਤੁਸੀਂ ਹੁਣ ਕਰਦੇ ਵੀ ਹੋ ਪੈਸੇ ਲੈ ਕੇ ਤਨਖਾਹ ਕਿੰਨੀ ₹2500 ਪੂਰੇ ਕਰੋ ਹਾਂਜੀ ਥੱਲੇ ਰੱਖ ਨੋਟ ਨੰਬਰ ਮੈਚ ਕਰੋ ਜੀ ਕਰੋ ਜੀ ਮੈਂ ਅਫਸਰ ਦੇ ਕਹਿਣ ਤੇ ਲਿਆ ਨਹੀਂ ਕਿਹਦੇ ਕਹਿਣ ਤੇ ਲਿਆ ਪੈਸੇ ਬੋਲੋ ਕਿਹਦੇ ਕਹਿਣ ਤੇ ਲਿਆ ਫਿਰ ਤੁਹਾਡੇ ਕੋਲ ਕੀ ਰਾਈਟ ਹੈ ਦੱਸੋ ਵੀ ਤੁਸੀਂ ਮੇਰੀ ਬੇਨਤੀ ਸੁਣੋ ਤੁਸ
2500 ਰੁਪਏ ਤੁਸੀਂ ਉਹਨਾਂ ਦੇ ਕੋਲੋਂ ਲੈ ਰਹੇ ਹੋ, ਮੈਨੂੰ ਦੱਸੋ ਕਿਸ ਚੀਜ਼ ਦਾ? ਕਿਸ ਚੀਜ਼ ਦਾ? ਸਰਟੀਫਿਕੇਟ ਦੇ ਜੀ, ਇਹਨਾਂ ਦਾ ਪੈਂਡਿੰਗ ਤੋਂ ਸੀ ਪੈਂਡਿੰਗ ਪੈਂਡਿੰਗ ਕਿਸ ਲੱਗਦਾ 2500 ਰੁਪਏ ਲੱਗਦਾ ਨਹੀਂ ਲੱਗਦਾ ਜੀ, ਇਹਨਾਂ ਦੀ ਮਿਹਨਤ ਸੀਗੀ। ਮੈਂ ਕਿਹਾ ਮੈਂ ਤੁਹਾਡੀ ਜਗ੍ਹਾ ਕੰਮ ਕਰ ਦਾਂਗਾ ਤੇ 2500 ਰੁਪਏ ਲੈ ਗਏ। ਮੈਂ ਤੇ ਇੱਥੇ ਫ੍ਰੀ ਚ ਦੇ ਰਿਹਾ ਤੁਹਾਨੂੰ, ਤੇ ਫ੍ਰੀ ਚ ਦੇ ਰਿਹਾ ਫਿਰ ਉਹਨਾਂ ਕੋਲੋਂ ਕਾਹਦੇ ਪੈਸੇ ਲੈ ਗਏ? ਮਿਹਨਤ ਨਹੀਂ ਕਰ ਸਕਦਾ ਮੈਂ, ਜਾ ਨਹੀਂ ਸਕਦਾ। ਨਹੀਂ ਤਾਂ ਤੁਸੀਂ ਮਿਹਨਤ ਕਰਕੇ ਦੇ ਰਹੇ ਹੋ ਉਹਨਾਂ ਨੂੰ ਤੁਸੀਂ ਡਿਊਟੀ ਦੇ ਟਾਈਮ। ਵੈਰੀ ਗੁੱਡ ਵੈਰੀ ਗੁੱਡ ਬਾਬੂ, ਆਪਣੀ ਗਲਤੀ ਮੰਨ ਲਓ, ਮੰਗੋ ਸੋਰੀ ਉਹਨਾਂ ਤੋਂ, ਕਹੋ ਸੋਰੀ ਸੋਰੀ। ਬਟ ਉਹ ਜਦੋਂ ਕਿ ਮੇਰੀ ਪਿਆਰ ਨਾਲ ਗੱਲ ਸੁਣੋ, ਮੈਂ ਬੈਂਸ ਸਾਹਿਬ ਜੀ ਦਾ ਵੱਡਾ ਫੈਨ ਵੀ ਆ। ਤਾਂ ਫੈਨ ਦੇ ਫੈਨ ਦੇ ਨਹੀਂ, ਬੈਂਸ ਸਾਹਿਬ ਦਾ ਆਪਾਂ ਉਹਨਾਂ ਦੀ ਪਾਰਟੀ ਦੇ ਬੰਦੇ ਨਹੀਂ, ਪਾਰਟੀ ਦੇ ਗੱਲ ਸੁਣ ਲਓ। ਕਿਹੜੇ ਲਾਡੀ ਭਾਜੀ ਨਹੀਂ ਕਦੀ ਇਦਾਂ ਕੀਤਾ ਆ ਪਿੱਛੇ ਮਿਲਣ ਬੈਂਡ? ਆ ਲਾਡੀ ਭਾਜੀ ਬਾਹਰ ਆ ਗਏ, ਲਾਡੀ ਭਾਜੀ ਬਾਹਰ ਖੜੇ ਨੇ, ਚਲੋ ਬੁਲਾ ਲਓ।
ਦੇਖੋ ਆ ਜਾਓ ਸਾਹਿਬ ਕੋਲ ਆਜੋ ਰਿਕਾਰਡਿੰਗ ਹੈਗੀ ਉਹ ਵੀ ਸਭ ਕੁਛ ਉਹਨਾਂ ਕੋਲ ਹੈਗਾ ਕੋਈ ਨੀ ਚਲੋ ਜਿਹੜਾ ਹੁਣ ਹੋਣਾ ਆਪਦੇ ਜਾਓ ਆਇਓ ਐਸ ਐਮ ਓ ਸਾਹਿਬ ਨੂੰ ਆਪਣੀ ਜਿਹੜੀ ਹੈ ਕੋਈ ਤੁਸੀਂ ਐਸ ਐਮ ਓ ਸਾਹਿਬ ਨੂੰ ਦੇ ਦਿਓ ਜੋ ਵੀ ਤੁਸੀਂ ਆਪਣੇ ਦੇਣੀ ਹੈ ਤੁਹਾਡੇ ਨਾਲ ਦਫ਼ਤਰ ਉਹ ਹੈਗੇ ਪੈਸੇ ਜੇਬ ਚੋਂ ਬ੍ਰਹਮਾ ਦਾ ਤਾਂ ਮੁੱਕਦੇ ਇੱਕ ਮਿੰਟ ਯਾਰ ਹਾਲਾਂਕਿ ਪਾਰਟੀ ਵਰਕਰਾਂ ਨੇ ਕਲਰਕ ਨੂੰ ਰੰਗੇ ਹੱਥੀਂ ਕਾਬੂ ਕੀਤਾ ਪਰ ਇਸ ਦੇ ਬਾਵਜੂਦ ਵੀ ਇਹ ਰਿਸ਼ਵਤਖੋਰ ਮੁਲਾਜ਼ਮ ਆਪਣੀ ਗਲਤੀ ਮੰਨਣ ਨੂੰ ਤਿਆਰ ਹੀ ਨਹੀਂ ਸੀ ਪਰ ਜਦੋਂ ਇਸ ਸੰਬੰਧੀ ਰਿਸ਼ਵਤ ਲੈਣ ਵਾਲੇ ਕਲਰਕ ਨੂੰ ਐਸ ਐਮ ਓ ਦਫ਼ਤਰ ਵਿੱਚ ਪੇਸ਼ ਕੀਤਾ ਗਿਆ ਤਾਂ ਦਫ਼ਤਰ ਵਿੱਚ ਮੌਜੂਦ ਦੂਜੇ ਮੁਲਾਜ਼ਮਾਂ ਨੇ ਦੱਸਿਆ ਕਿ ਜਿਸ ਸਰਟੀਫਿਕੇਟ ਨੂੰ ਬਣਾਉਣ ਲਈ ਉਹ ਪੀੜਤ ਨੂੰ ਮਿਊਂਸੀਪਲ ਦਫ਼ਤਰ ਭੇਜ ਰਿਹਾ ਸੀ ਉਹ ਸਰਟੀਫਿਕੇਟ ਉਹਨਾਂ ਦੇ ਖੁਦ ਦੇ ਦਫ਼ਤਰ ਵਿੱਚ ਹੀ ਤਿਆਰ ਕੀਤਾ ਜਾਂਦਾ ਹੈ ਅਤੇ ਸਭ ਕੁਝ ਉਹ ਕਲਰਕ ਸਿਰਫ ਰਿਸ਼ਵਤ ਲੈਣ ਲਈ ਕਰ ਰਿਹਾ ਸੀ ਦੂਜੇ ਪਾਸੇ ਮੌਕੇ 'ਤੇ ਮੌਜੂਦ ਐਸ ਐਮ ਓ ਸਾਹਿਬਾਂ ਨੇ ਦੋਸ਼ੀ ਕਲਰਕ ਖਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ ਹੈ ਬੈਂਸ ਸਾਹਿਬ ਦੀ ਟੀਮ ਤੋਂ ਜੀ ਉਹ ਤੁਹਾਡੇ ਇਹ ਭਾਈ ਸਾਹਿਬ ਅਮਨ ਜੀ ਨੇ ਜਨਮ ਸਰਟੀਫਿਕੇਟ ਦਾ 2000 ਰੁਪਏ ਦੇ ਕੋਲੋਂ ਕੱਢਿਆ 2500 ਰੁਪਏ 2500 ਹੁਣ ਲੱਤਾ ਜੀ ਆ ਤੁਹਾਡੇ ਅੱਗੇ ਪਏ ਨੇ ਸਰ ਉੱਥੋਂ ਮੰਗਾ ਕੇ ਦਿੱਤਾ ਸੀ ਮੈਂ ਇਹਨਾਂ ਨੂੰ ਪੋਸਟ ਨਹੀਂ ਕੀਤੀ ਇਹਨਾਂ ਦੀ ਪੋਸਟ ਹੀ ਕੀਤਾ ਸੀ ਮੈਨੂੰ ਕਿਹਾ ਸੀ ਅਗਰ ਮੰਨ ਜਾ ਕੇ ਵਾਪਸ ਨਹੀਂ ਕਰਦੇ ਤੁਸੀਂ ਉਹ ਤਾਂ ਮੁੱਤੀ ਕੇ ਅਮਨ ਨੇ ਤੇਰੀ ਜਿਹੜੀ ਤੇਰੀ ਜਿਹੜੀ ਤੇਰੀ ਜਿਹੜੀ ਤੇਰੀ ਜਿਹੜੀ ਤੇਰੀ 2500 ਦੀ ਮੁੱਕਿਆ ਮੈਨੂੰ ਉਹਨਾਂ ਨੂੰ ਬੁਲਾ ਦਿਓ ਮੰਨ ਜਾ ਗਲਤੀ ਮੈਂ ਕਹੇ ਸਰ ਮੈਂ ਕਹ ਰਿਹਾ ਮੰਨ ਜਾ ਗਲਤੀ ਮੈਂ ਆਪਣੇ ਪਾਸੇ ਸਾਰੀ ਗੱਲ ਨੂੰ ਮੰਨ ਗਿਆ ਆ ਪਰ ਉਹਨਾਂ ਨੂੰ ਬੁਲਾਓ ਉਹਨਾਂ ਪੁੱਛੋ ਉਹਨਾਂ ਨੇ ਪੋਸਟ ਕੀਤਾ ਹੈ ਪੋਸਟ ਵੀ ਜੀ ਥੈਂਕ ਯੂ ਫੋਰ ਮੰਡੇ ਦਾ ਫੋਨ ਕਰਦੇ ਆ ਬਾਹੂ ਜੀ ਆਓ ਵਰ ਦੱਸੋ ਸਾਰੀ ਗੱਲ ਕੀ ਹੈਗੀ ਦੱਸੋ ਜੀ ਸਾਰੀ ਗੱਲ ਉੱਥੇ ਗਿਆ ਉਹ ਕਹਿੰਦੇ ਜੀ ਸਾਹਿਬ ਗੇਟ ਦੇ ਪਿੱਛੇ ਆਫਿਸ ਹੈ ਨਾ ਉੱਥੋਂ ਲੋ ਉਹ ਕਹਿੰਦੇ ਜੀ ਸਾਡੇ ਕੋਲ ਹਾਲੇ ਡਿਸਪੈਚ ਹੋਈ ਨਹੀਂ ਹੈ ਸਤਾਰਾਂ ਅਠਾਰਾਂ ਤੁਸੀਂ ਉਹਨਾਂ ਕੋਲ ਜਾਓ ਉਹ ਤੁਹਾਨੂੰ ਧੋਖੇ 'ਚ ਰੱਖ ਲੈਂਦੇ ਆਪਣਾ ਲੈ ਦੇ ਕੇ ਲੈ ਜੀ ਕਰ ਲਓ ਮੈਂ ਇਹਨਾਂ ਕੋਲ ਆਇਆ ਮੈਂ ਜੀ ਭਾਜੀ ਇੱਦਾਂ ਨਹੀਂ ਮਾਂ ਯਾਰ ਦੇ ਦਿਆਂਗੇ ਕਰ ਲਓ ਇਸ ਬੰਦੇ ਨੇ ਮੈਨੂੰ ਹੁਣੇ ਪਤਾ ਕੀ ਕਿਹਾ ਜੀ ਅੰਦਰ ਮੈਡਮ ਸੁਣੋ ਮੇਰੀ ਗੱਲ ਇੱਕ ਰਿਕੁਐਸਟ ਕਹਿੰਦਾ ਚੰਡੀਗੜ੍ਹੋਂ ਇੱਕ ਮੈਡਮ ਆਈ ਜੇ 7500 ਰੁਪਇਆ ਉਹਨਾਂ ਨੇ ਮੈਨੂੰ ਲੱਗਿਆ ਤੇ 100 ਰੁਪਏ ਦੇ ਫਾਰਮ ਪਿੱਛੇ ਉਹਨਾਂ ਨੇ ਮੋਹਾਲੀ ਅੰਦਰ ਜਮ੍ਹਾਂ ਕਰਾਇਆ ਸਾਂਝ ਕੇਂਦਰ ਦੇ ਵਿੱਚ ਕਹਿੰਦਾ ਇਹ 4 ਗੇੜੇ ਲੱਗ ਜਾਂਦੇ ਉਹਨਾਂ 10000 ਲੱਗ ਗਿਆ ਮੈਮ ਆ ਫਾਰਮ ਮੈਨੂੰ 7500 ਰੁਪਏ ਦਿੱਤਾ ਚੰਗਾ ਕਹਿੰਦਾ 1000 ਰੁਪਏ ਦਾ ਡੀਜ਼ਲ ਲੱਗ ਗਿਆ ਨਹੀਂ ਦਿੱਤਾ ਜੀ ਨਹੀਂ ਦਿੱਤਾ ਤੁਸੀਂ ਉਹਦੇ ਅੰਦਰ ਮੰਨੇ ਉਹ ਤੇ ਗੱਲ ਕਰੋ ਬ੍ਰਦਰ ਤੁਸੀਂ ਉਹਦੇ ਅੰਦਰ ਮੈਨੂੰ ਇਹ ਗੱਲ ਚਲੋ ਅਸੀਂ ਆਪਣੀ ਕਰਨੀ ਯਾਰ ਚਲੋ ਆਪਣੀ ਗੱਲ ਕਰੋ ਮੈਮ ਆ ਕਹਿੰਦਾ ਸਾਡੇ ਕੋਲ ਬਰਥ ਸਰਟੀਫਿਕੇਟ ਹੈ ਨਹੀਂ ਅੱਜ ਕਿਵੇਂ ਹੋ ਆਵੇ ਦੱਸੋ ਨਹੀਂ ਸੀਗਾ ਤੇ ਅੱਜ ਆਇਆ ਤੁਸੀਂ 2500 ਰੁਪਏ ਲੈ ਗਿਆ ਉਹਨਾਂ ਨੂੰ ਬੁਲਾ ਦੋ ਜੀ ਕੀ ਹੈ ਬਰਥ ਸਰਟੀਫਿਕੇਟ ਦੀ
ਤੁਸੀਂ ਦੱਸ ਦਿਓ ਇਹਨੂੰ ਪੁੱਛੋ ਨਾ, ਤੁਹਾਡਾ ਜਿਹੜਾ ਫੜਿਆ ਗਿਆ ਬੰਦਾ ਉਹਨੂੰ ਪੁੱਛੋ। ਸੰਗਰੂਰ ਪਾਇਆ ਸਰ ਨੂੰ ਲੁਧਿਆਣੇ ਅਪਲਾਈ ਕਰਨਾ ਪੈਂਦਾ ਆ। ਮੈਂ ਕਿਹਾ ਮੈਂ ਤੁਹਾਨੂੰ ਇਹੀ ਭਰ ਕੇ ਦਿੰਦਾ ਮੈਂ ਇਹਦਾ ਲੇਬਰ, ਇਹਦਾ ਤੁਹਾਨੂੰ ਕੁਛ ਕਿਹਾ ਮੈਂ 25,000 ਨਹੀਂ ਜੀ ਪਹਿਲਾਂ ਲਏ। ਤੁਸੀਂ ਕਿਸੇ ਅਫਸਰ ਨੂੰ ਦੇਣ ਲਈ ਲਏ? ਤੁਸੀਂ ਕਿਸੇ ਅਫਸਰ ਨੂੰ ਦੇਣ ਲਈ ਲਏ? ਕਿਸੇ ਨੂੰ ਦੇਣੇ ਸੀਗੇ ਕਦੇ ਲਈ ਲਏ ਤੁਸੀਂ? ਹਾਂਜੀ ਇਹ ਤੁਹਾਡੇ ਕੋਲ ਡਿਊਟੀ ਕਰਦੇ ਕਹਿੰਦੇ ਜੀ, ਅਸੀਂ ਦੂਜਾ ਵੀ ਪੈਸੇ ਫੜ ਕੇ ਵੀ ਡਿਊਟੀ ਕਰਦੇ ਹਾਂ ਜੀ। ਨਹੀਂ ਤੁਹਾਡੇ ਸਾਹਮਣੇ ਕਹਿੰਦਾ ਪਿਆ, ਕੰਮ ਪੁੱਛ ਲਓ ਤੁਸੀਂ ਮੇਰੇ ਅਫਸਰਾਂ ਤੋਂ, ਪੁੱਛ ਸਕਦੇ ਹੋ। ਇਹਨਾਂ ਨੇ ਫੋਰਸ ਕੀਤਾ ਤੇ ਮੈਂ ਕਿਹਾ ਕੀ, ਉਹਨਾਂ ਨੇ ਕਿਹਾ ਵੀ ਮੇਰੇ ਕੋਲ ਪੈਸੇ ਲੈ ਲਓ। ਇਹਨਾਂ ਨੂੰ ਪੁੱਛੋ ਤੁਸੀਂ ਕੀ ਕਿਹਾ ਵੀ ਮੈਂ ਲੈ ਲੂੰਗਾ? ਪੁੱਛੋ ਇਹਨਾਂ ਨੂੰ, ਪੁੱਛੋ ਤੁਸੀਂ ਕੀ ਕਿਹਾ ਮੈਂ ਲੈ ਲੂੰਗਾ? ਆਹ ਪੁੱਛੋ, ਪੁੱਛੋ ਖੜੇ ਆ ਕੇ ਤੁਸੀਂ ਪੁੱਛੋ ਜੀ ਮੈਨੂੰ, ਤੁਸੀਂ ਪੁੱਛੋ ਤੁਹਾਨੂੰ ਕਿਸੇ ਆਪਣੇ ਪੁੱਛੋ। ਦੱਸੋ ਮੈਡਮ ਫੋਟੋ ਖਿੱਚ ਲਈ, ਕਹਿੰਦਾ ਮੈਨੂੰ ਫੋਨ ਕਰੀ ਪਰਸੋਂ, ਮੈਂ ਪਰਸੋਂ ਫੋਨ ਕੀਤਾ ਜੀ, ਇਹ ਕਹਿੰਦਾ 4,000 ਮੰਗਦੇ ਨੇ, 2,000 ਦੇਣਾ, ਕਹਿੰਦਾ ਉਸ ਤੋਂ ਵੱਧ ਨੀ ਦੇਣਾ। ਚਲੋ ਠੀਕ, ਕੌਣ ਮੰਗ ਰਿਹਾ? ਕਾਰਪੋਰੇਸ਼ਨ ਚ ਹੁਣ ਕੁਛ ਵੀ ਨੀ ਹੈ ਜੀ। ਸਰਟੀਫਿਕੇਟ ਮਿਲ ਜੂਗਾ ਪਰ ਆਪਾਂ ਦੇਣਾ 2,000 ਰੁਪਏ ਜੀ ਉੱਥੇ। ਹੁਣ 2,500 ਦੇ ਸੌਦਾ ਮੁੱਕਿਆ ਜੀ, 2,000 ਤੇ ਕਹਿ ਕੇ ਹੁਣ 2,500 ਲਿਆ। ਪੁੱਛੋ ਲਿਆ ਮੈਨੂੰ ਕਿਉਂ ਭਜਾਇਆ ਮਿਲਨੇ ਇੱਥੋਂ? ਨੇ ਸਾਡੇ ਜਾਣਾ ਤੁਹਾਡੇ ਆਫੀਸਰ, ਤੁਸੀਂ ਕਿਹਾ ਸੀ ਉਹ ਚਾਚਾ ਜੀ ਮੇਰੇ ਨਾਲ ਸੀ ਕਾਰਪੋਰੇਸ਼ਨ, ਗਿਆ ਸੀ ਫਾਇਰ ਬ੍ਰਿਗੇਡ ਦੇ ਪਿੱਛੇ ਗਿਆ, ਫਿਰ ਤੁਹਾਡੇ ਕੋਲ ਆਇਆ। ਮੈਂ ਇਹਨਾਂ ਨੇ ਫੋਰਸ ਕੀਤਾ, ਤੁਸੀਂ ਭਜਾਇਆ ਕਿਉਂ ਇਹ ਦੱਸੋ ਮੈਨੂੰ ਯਾਰ, ਜਦ ਮਿਲਣਾ ਇੱਥੋਂ ਆਇਆ ਤੇ ਮੈਨੂੰ ਇਨਫੋਰਮੇਸ਼ਨ ਦਿੱਤੀ ਕਿ ਸਾਡਾ ਰਿਕਾਰਡ ਕਿੱਥੇ ਜਾਂਦਾ ਆ ਔਰ ਜੋ ਨਹੀਂ ਜਾਂਦਾ। ਨਾ 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 ਜੈਨੂਅਨ ਜੀ, ਮੇਰੀ ਗੱਲ ਸੁਣ ਲੈ, ਝੂਠ ਬੋਲੇ ਜੀ ਸਰ ਸਾਰੇ ਖੜੇ ਯਾਰ ਕਾਰਪੋਰੇਸ਼ਨ ਚੋਂ। ਡਾਕਟਰ ਸਾਹਿਬ ਇੱਕ ਬੇਨਤੀ ਹੈ ਜੀ, ਜਿਹੜੀ ਬਣਦੀ ਕਾਰਵਾਈ ਕਰ ਦਿਓ ਜੀ, ਜਦ ਇੱਥੋਂ ਮਿਲਣਾ ਸਾਨੂੰ ਭਜਾਉਣ ਦਾ ਕੀ ਮਤਲਬ ਯਾਰ? ਉਹ ਜਿਹੜੇ ਗਰੀਬ ਫਿਰਦੇ ਨੇ ਵਿਚਾਰੇ ਉਹ ਕੀ ਕਰਨਗੇ? ਟਾਈਮ ਤੇ ਮਿਲਦਾ ਆ, ਕਿੱਥੋਂ ਮਿਲਦਾ ਟਾਈਮ ਤੇ ਯਾਰ? ਤੁਹਾਡੇ ਨਾਲ ਗਈ ਨੇ ਇਨਕੁਆਰੀ ਦੇ ਮੈਡਮ ਪੈਸੇ ਜੇਬ ਚੋਂ ਕਢਾ ਲਏ ਸੀ ਤੇ ਲਾਈਵ ਸਾਡਾ ਲਾਈਵ ਚੱਲਦਾ ਪਿਆ, ਲਾਈਵ ਬੈਂਸ ਸਾਹਿਬ ਵੀ ਲਾਈਵ, ਤੁਸੀਂ ਨਾਲ ਦੇਖਿਆ ਬੈਂਸ ਸਾਹਿਬ ਵੀ ਪੈਸੇ ਆ ਜੇਬ ਚੋਂ ਕਢਾ ਲਏ, ਹੋਰ ਇਸ ਤੋਂ ਵੱਧ ਕੀ ਕਰੀਏ? ਇਮੀਡੀਏਟਲੀ ਤੈਨੂੰ ਆਪਾਂ ਕੋਈ ਸਜ਼ਾ ਨਹੀਂ ਨਾ ਦੇ ਸਕਦੇ ਇਹਦੀ, ਇਨਕੁਆਰੀ ਕਰਕੇ ਉਸ ਮਤਲਬ ਇਨਕੁਆਰੀ ਕੀ, ਵੀ ਵਿਲ ਗੈਟ ਇਟ ਡਾਕੂਮੈਂਟਡ ਐਂਡ ਦੈਨ ਵੀ ਡੂ ਦ ਐਕਸ਼ਨ ਅਗੇਂਸਟ ਹਿਮ। ਜਲਦੀ ਹੋ ਜਾਏਗਾ, ਹੁਣ ਇਮੀਡੀਏਟਲੀ ਦੱਸੋ ਕਿ ਕੀ ਐਕਸ਼ਨ ਕਰਾਇਆ ਸੀ? ਇਮੀਡੀਏਟਲੀ ਸੌਰੀ ਫੀਲ ਕਰ, ਉਹ ਤਾਂ ਕਹਿਤਾ ਸੀ ਸੌਰੀ ਇਹਨਾਂ ਨੂੰ, ਮੈਡਮ ਦੇ ਸਾਹਮਣੇ ਗਿਆ ਕਿ ਮੈਂ ਰਿਸ਼ਵਤ ਲਈ ਸੀ, ਮੈਂ ਸੌਰੀ ਮੰਗਦਾ। ਨਹੀਂ ਜੀ ਸੌਰੀ, ਇਹਨਾਂ ਨੇ ਫੋਰਸ ਕੀਤਾ ਸੀ, ਚਲੋ ਇਹਨਾਂ ਨੇ ਫੋਰਸ ਕੀਤਾ, ਤੁਸੀਂ ਰਿਸ਼ਵਤ ਲਈ, ਇਹਨਾਂ ਨੇ ਫੋਰਸ ਕੀਤਾ ਤੁਸੀਂ ਰਿਸ਼ਵਤ ਲਈ, ਇਹ ਮੰਨਦੇ ਹੋ? ਮੈਂ ਕਿਹਾ ਮੈਂ ਖੁਸ਼ੀ ਨਾਲ, ਯਾਰ ਤੁਸੀਂ ਮੇਰੀ ਗੱਲ ਸੁਣੋ, ਉਹ ਖੁਸ਼ੀ ਨਾਲ ਦੱਸ ਸਕ ਜੀ 50-100 ਹੁੰਦਾ ਖੁਸ਼ੀ, ਤੁਸੀਂ ਖੁਸ਼ ਰਹੇ ਹੋ? ਸੌਰੀ ਮੰਗੋ ਜੀ ਮੈਡਮ ਦੇ ਸਾਹਮਣੇ, ਕੋਈ ਨਾ ਸੌਰੀ ਮੰਗਦਾ।
ਉਸੇ ਟਾਈਮ ਉਹ ਬੰਦੇ ਨੇ ਪਤਾ ਕੀ ਕਿਹਾ ਫਾਇਰ ਬ੍ਰਿਗੇਡ ਕਹਿੰਦਾ ਯਾਰ ਉਹੀ ਦਊਗਾ ਇਹ ਬੰਦੇ ਦੇਖੋ ਕਿੱਥੋਂ ਆਏ ਦਰਾਹੇ ਤੋਂ ਆਏ ਵਿਚਾਰੇ ਲੇਨ ਕੋਟਲੇ ਤੋਂ ਚਾਰ ਗੇੜੇ ਕੱਟੇ ਇਹਨਾਂ ਨੇ ਰਿਟਰਨ ਦਿਓ ਜੀ ਆਪਣੇ ਕੰਪਲੇਂਟ ਲਿਖੋ ਜੀ ਉੱਥੇ ਲਿਖੋ ਪਾਓ ਜੀ ਅਜਿਹੇ ਵਿੱਚ ਹੁਣ ਕਿਸ ਨੂੰ ਦੋਸ਼ ਦਿੱਤਾ ਜਾਵੇ ਅਧਿਕਾਰੀਆਂ ਨੂੰ ਪੂਰੇ ਦੇ ਪੂਰੇ ਪ੍ਰਸ਼ਾਸਨ ਨੂੰ ਸਿਸਟਮ ਨੂੰ ਜਾਂ ਫਿਰ ਸਰਕਾਰਾਂ ਨੂੰ ਆਮ ਆਦਮੀ ਹਰ ਰੋਜ਼ ਆਪਣੀ ਜੇਬ ਵਿੱਚੋਂ ਸੈਂਕੜੇ ਰੁਪਏ ਟੈਕਸ ਭਰ ਕੇ ਅਜਿਹੇ ਰਿਸ਼ਵਤਖੋਰਾਂ ਨੂੰ ਤਨਖਾਹਾਂ ਦਿੰਦਾ ਹੈ ਅਤੇ ਫਿਰ ਇਹੀ ਰਿਸ਼ਵਤਖੋਰ ਅਧਿਕਾਰੀ ਟੈਕਸ ਭਰਨ ਵਾਲੇ ਲੋਕਾਂ ਤੋਂ ਕੰਮ ਕਰਨ ਦੀ ਹਜ਼ਾਰਾਂ ਰੁਪਏ ਰਿਸ਼ਵਤ ਮੰਗਦੇ ਨੇ ਐਵੇਂ ਲੱਗਦਾ ਜਿਵੇਂ ਨਾ ਲੋਕਾਂ ਨੂੰ ਰਿਸ਼ਵਤ ਦੇ ਕਿਸੇ ਕੀੜੇ ਨੇ ਵੱਢ ਲਿਆ ਹੋਵੇ ਇਮਾਨਦਾਰੀ ਤਾਂ ਇਹਨਾਂ ਦੇ ਨੇੜੇ ਤੇੜੇ ਵੀ ਨਹੀਂ ਲੱਗਦੀ ਖੈਰ ਜੋ ਵੀ ਹੋਵੇ ਸਿਮਰਜੀਤ ਸਿੰਘ ਬੈਂਸ ਦੀ ਟੀਮ ਨੇ ਇੱਕ ਵਾਰ ਫਿਰ ਤੋਂ ਇੱਕ ਹੋਰ ਰਿਸ਼ਵਤਖੋਰ ਦਾ ਚਿਹਰਾ ਨੰਗਾ ਕਰ ਦਿੱਤਾ ਹੈ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ